ਬਾਈ ਅਤੇ ਆ ਬਾਈ ਸਾਰਾ ਕੁਛ ਇਹਦੇ ਲਿਖਿਆ ਬਾਈ ਪਥਰੀ ਦੇ ਬਾਅਦ ਮਤਲਬ ਪਥਰੀ ਮੀਂਹ ਆ ਗਿਆ ਫੁੱਲ ਤੇਜ ਡੰਕਰ ਵੀ ਬੰਨ ਤੇ ਬਾਹਰ ਫੁੱਲ ਤੇਜ ਅੱਧਾ ਹੀ ਮੀਂਹ ਪੈ ਰਿਹਾ ਬੱਦਲ ਘੁਲ ਗਏ ਆ ਗਿਆ ਫਿਰ ਮੀਂਹ ਰੱਬ ਨੇ ਕਿਰਪਾ ਕਰਤਾ ਜਲ ਥਲ ਰਹਿੰਦੇ ਬਾਅਦ ਸੋਚ ਰਿਹਾ ਤਾ ਵੀ ਗੰਨੇ ਨੂੰ ਪਾਣੀ ਛੱਡ ਦੇਣਾ ਲੋਕਾਂ ਦੇ ਘਰੇ ਬਣੀ ਵੜ ਗਏ ਤਾਂ ਨਾਲੀਆਂ ਸਾਫ਼ ਕਰਨ ਆਏ ਆ ਉਹਦੇ ਪਿੱਛੇ ਘਰਾਂ 'ਚ ਪਾਣੀ ਵੜਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲਓ ਜੀ ਬਾਈ ਅਤੇ ਅੱਜ ਚੱਲਿਆ ਫਲੋਰ ਪੱਥਰੀ ਤੋਂ ਪਾਣੀ ਪਿਲਾਉਂਦੇ ਹਾਂ ਬਹੁਤ ਕਿਹਾ ਪਹਿਲਾਂ ਹੋਰ ਇੱਧਰ ਦੇਸੀ ਦਵਾਈ ਖਾਈ ਅਤੇ ਕੱਲ੍ਹ ਅਲਟਰਾਸਾਊਂਡ ਕਰਾ ਕੇ ਲਿਆਂਦਾ ਤਾ ਪਰ ਪਰਸੋਂ ਅਤੇ ਉਹ ਫਿਰ ਪੱਥਰੀ 19 ਹੋਏ ਬਾਈ ਅਤੇ ਪਹਿਲਾਂ ਆਪਰੇਸ਼ਨ ਫਿਰ ਬੰਦਾ ਕਹਿਣ ਲੱਗ ਗਿਆ ਕਹਿੰਦੇ ਇੱਕ ਵਾਰ ਫਲੋਰ ਵੀ ਪਾਣੀ ਪੀਆ ਚਲੋ ਹੁਣ ਅੱਜ ਉੱਥੇ ਫਲੋਰ ਚੱਲਿਆ ਪਾਣੀ ਪੀਣ ਮੈਂ ਚਲੋ ਉੱਥੇ ਵੀ ਪੀ ਜਾਂਦੇ ਉਹ ਵੀ ਸ਼ੱਕ ਕੱਢ ਲੈਂਦੇ ਹਾਂ ਅਤੇ ਗੁਰਪ੍ਰੀਤ ਨੂੰ ਪਤਾ ਗੁਰਪ੍ਰੀਤ ਚੱਲਿਆ ਮੇਰੇ ਨਾਲ ਅਤੇ ਗੱਡੀ ਕੱਢ ਲਈ ਅਤੇ ਗੱਡੀ ਸਾਫ਼ ਕਰਨ ਲੱਗਿਆ ਹੋਇਆ ਨੂੰ ਕਰਨ ਚੱਲਦੇ ਹਾਂ ਉੱਥੇ ਨੂੰ ਬਾਕੀ ਗਰਮੀ ਬਾਈ ਉੱਕਣੀ ਆ ਮੀਂਹ ਬਿਲਕੁਲ ਨਹੀਂ ਪਿਆ ਬੁਰਾ ਹਾਲ ਹੋਇਆ ਪਿਆ ਐਤਕੀ ਤਾਂ ਸੋਕਾ ਹੀ ਲਾ ਤਿਆ ਰੱਬ ਨੇ ਕਦੇ ਡੋਬਾ ਹੀ ਲਾ ਦਿੰਦਾ ਕਦੇ ਸੋਕਾ ਹੀ ਲਾ ਹੁਣ ਸੋਕਾ ਹੀ ਲਾ ਤਿਆ ਮਤਲਬ 15-20 ਸਾਲ ਹੋ ਗਏ ਪਹਿਲੀ ਵਾਰ ਹੋਇਆ ਬਾਈ ਵੀ ਆਹ ਦਿਨ ਆ ਗਏ ਵੀ ਕਿਤੇ ਸਾਡੇ ਇੱਥੇ ਝੋਈ ਨਾ ਚੱਲੀ ਹੋਵੇ ਜਿਵੇਂ ਪਾਣੀ ਨਾ ਆਇਆ ਹੋਵੇ ਔਰ ਖੇਤਾਂ 'ਚ ਪਹਿਲੀ ਵਾਰ ਹੋਇਆ ਹੁਣ ਤੱਕ ਵੀ ਮਤਲਬ ਕਿ ਵੀ ਵੱਟਾਂ ਦਿਖ ਰਹੀਆਂ ਹੈ ਨਹੀਂ ਤਾਂ 1-2 ਵਾਰ ਪੱਕਾ ਡੁੱਬ ਲੈਂਦੀਆਂ ਇਹ ਦਿਖਦੇ ਨਹੀਂ ਜੀਰੀ ਆਪਣੇ ਉਰੇ ਤੋਂ ਲੈ ਕੇ ਖੇਤਾਂ ਤੱਕ 1 ਬਰਾਬਰ ਹੋ ਜਾਂਦਾ ਪਾਣੀ ਉਹ ਪਾਣੀ ਦਿਖਦਾ ਵੱਟਾਂ ਵੁੱਟਾਂ ਬਹੁਤ ਘੱਟ ਦਿਖਦੀਆਂ ਅਤੇ ਐਤਕੀ ਹੋਇਆ ਜੀ ਪਹਿਲੀ ਵਾਰ ਬਾਕੀ ਜੀਰੀ ਵੀ ਤਾਂ ਹੀ ਜ਼ੋਰ ਜ਼ੋਰ ਲੈ ਰਹੀ ਆ ਵੀ ਗਰਮੀ ਕਰਕੇ ਉੱਠਣ ਨੂੰ ਚਲੋ ਬਾਕੀ ਦੇਖਦੇ ਹਾਂ ਅੱਗੇ ਕਿਆ ਬਣਦਾ ਆਲੇ ਦੁਆਲੇ ਪਈ ਜਾਂਦਾ ਸਾਉਣ 'ਚ ਤਾਂ ਤੁਹਾਨੂੰ ਪਤਾ ਹੀ ਕਦੇ ਕਿਤੇ ਪੈ ਗਿਆ ਕਦੇ ਕਿਤੇ ਪੈ ਗਿਆ ਅਤੇ ਹੁਣ ਇਹ ਵੀ ਤਬਾਹ ਹੋਣਾ ਹੱਲੇ ਪਰ ਇਹਨੂੰ ਹੁਣ ਰੇਹ ਰੂਹ ਨਵੇੜ ਕੇ ਫਿਰ ਤੋਂ ਹੋਊਂਗੇ ਜੋਂਡੀਅਰ ਤਾਂ ਉੱਧਰੇ ਖੜਿਆ ਚੱਲਦਾ ਹੀ ਫਿਰ ਬਾਈ ਗੁਰਪ੍ਰੀਤ ਡੀਕਦਾ ਹੈ ਲਓ ਬਾਈ ਗੁਰਪ੍ਰੀਤ ਵੀ ਆ ਗਿਆ ਬੈਠ ਗਿਆ ਗੱਡੀ 'ਚ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਅਤੇ ਜਾ ਰਹੇ ਹਾਂ ਆਪਾਂ ਖਮਾਣੋ ਤੋਂ ਫਿਰ ਮੁੜੂੰਗੇ ਉੱਧਰ ਨੂੰ ਬਾਕੀ ਪਿੰਡ ਪਤਾ ਨਹੀਂ ਗੁਰਪ੍ਰੀਤ ਕਹਿੰਦਾ ਭੁੱਲ ਗਿਆ ਮੈਂ 1 ਵਾਰ ਗਿਆ ਪਤਾ ਨਹੀਂ ਮੈਂ ਗਿਆ ਬਹੁਤ ਟਾਈਮ ਪਹਿਲਾਂ ਗਿਆ ਤਾ ਯਾਰ ਹਾਂ ਗਿਆ ਜ਼ਰੂਰ ਆ ਮੈਂ 1 ਵਾਰ ਗਿਆ ਤਾ ਓਕੇ ਹੁਣ ਮੈਂ ਦਿਮਾਗ 'ਚ ਨਹੀਂ ਹੈਗੀ ਯਾਰ ਆਹ ਕੀ ਹੋ ਗਿਆ ਗੁਰਪ੍ਰੀਤ ਐਕਸਲ ਟੁੱਟ ਗਿਆ ਕੀ ਹੋ ਗਿਆ ਪਤਾ ਨਹੀਂ ਗੱਡੀ ਦਾ ਕੀ ਹੋ ਗਿਆ ਇਹ ਹੋਇਆ ਵਾ ਟਿੱਪਰ ਪਲਟ ਗਿਆ ਗਲ ਘੋੜਾ ਹੀ ਪਲਟ ਗਿਆ ਓ ਘੋੜਾ ਪਲਟ ਗਿਆ ਬਾਈ ਘੋੜਾ ਪਲਟ ਗਿਆ ਟੇਲ ਵਾਲਾ ਕਿੱਥੇ ਉਤਰਿਆ ਦੱਸ ਹੈ ਗੁਰਪ੍ਰੀਤ ਘੋੜਾ ਪਲਟ ਗਿਆ ਬਾਈ ਚੱਕਰ ਕੇ ਮਹਾਰਾਜ ਬਈ ਆਵਾ ਨੱਕ ਉੱਕ ਲੱਗ ਗਈ ਹੋਣੀ ਬਾਈ ਇੰਨਾ ਸ਼ੁਕਰ ਇੱਧਰ ਨਹਿਰ ਵੱਲ ਨੂੰ ਨਹੀਂ ਹੋਇਆ ਹੈ ਕਿ ਨਹੀਂ ਕਵਾਣੋ ਨਹੀਂ ਵਰਸੋ ਜਾ ਉੱਥੇ ਵੀਡੀਓ ਹੈ ਕਵਾਣੋ ਇਕਣੀ ਟਰੱਕ ਵਾਲਾ ਕੱਢਣ ਲੱਗਿਆ ਤਾਂ ਪਿੱਛੇ ਤੇ ਬੱਸ ਆਉਂਦੀ ਦੀ ਉਹ ਇੱਧਰ ਨੂੰ ਨਹਿਰ ਵੱਲ ਨੂੰ ਸੂਏ 'ਚ ਗਿਰ ਗਈ ਬਣੀ ਕਾਹ 'ਚ ਰੌਲਾ ਜਿਹਾ ਪਾਉਂਦੇ ਕੱਲ੍ਹ ਬੰਦੇ ਮੈਂ ਪਤਾ ਨਹੀਂ ਮੈਂ ਸੁਣਿਆ ਨਹੀਂ ਮੈਂ ਸੁਣਿਆ ਆਈ ਹੈ ਮੈਂ ਵੀ ਦੇਖੀ ਨਹੀਂ ਕਨਫਰਮ ਜਿਹਾ ਨਹੀਂ ਹੈਗਾ ਨਹੀਂ ਹੋਇਆ ਕੋਈ ਐਸੇ ਤਰੀਕੇ ਨਾਲ ਨਹਿਰ ਪੂਰੀ ਛੱਡੀ ਹੋਈ ਆ ਬਾਈ ਫੁੱਲ ਵਾਟਾ ਫੁੱਲ ਸਾਡੇ ਮੀਂਹ ਨਹੀਂ ਪੈਂਦਾ ਉੱਪਰ ਮੀਂਹ ਪਈ ਜਾਂਦਾ ਪਾਣੀ ਵਧਣ ਕਰਕੇ ਨਹਿਰ ਛੱਡੀ ਹੋਈ ਆ ਪੂਰੀ ਜਿਹੜਾ ਹੁਣ ਕਾਲੇ ਨਹਿਰ ਆ ਪੂਰੀ ਛੱਡੀ ਹੋਈ ਆ ਜਿਹੜੀਆਂ ਆਪਣੇ ਨਦੀਆਂ ਦੋਹੇ ਉਹਨਾਂ 'ਚ ਥੋੜਾ ਥੋੜਾ ਪਾਣੀ ਨਹੀਂ ਛੱਡਣਾ ਚਾਹੀਦਾ ਕਿਉਂ ਕਿੱਥੇ ਛੱਡ ਕਿੱਥੇ ਤੇ ਛੱਡ ਦੂੰਗੇ ਵੀ ਥੋੜਾ ਥੋੜਾ ਪਾਣੀ ਛੱਡ ਕੇ ਜਿਹੜਾ ਮਤਲਬ ਰਸਤਾ ਜਾਂ ਪਾਣੀ ਬਣਾ ਲਵੇ ਆਪਣਾ ਨਹੀਂ ਪਾਣੀ ਛੱਡੂਗਾ ਕਿੱਥੇ ਤੇ ਨਦੀਆਂ 'ਚ ਕਾਹਦੇ ਜਿੱਥੇ ਹੁਣ ਛੱਡਦੇ ਕਿੱਥੇ ਤੇ ਆਪਾਂ ਕਮਾਲ ਹੋ ਗਈ ਨਦੀਆਂ 'ਚ ਪਾਣੀ ਕਿੱਥੇ ਤੇ ਆਉਂਦਾ ਹੁੰਦਾ ਨਦੀਆਂ 'ਚ ਪਾਣੀ ਡੈਮ 'ਚ ਤੇ ਡੈਮ 'ਚ ਪਾਣੀ ਕਿੱਥੇ ਤੇ ਆਊਗਾ
ਡੈਮ ਚ ਪਾਣੀ ਪਹਾੜ ਚ ਜੇ ਮੀਂਹ ਪਊਗਾ ਤਾਂ ਹੀ ਇਕੱਠਾ ਹੋਊਗਾ ਡੈਮ ਚ ਵੀ ਉੱਪਰ ਤਾਂ ਮੀਂਹ ਪੈਂਦਾ ਹੀ ਹੈ ਹੀ ਨੀ ਵੀਰੇ ਸੁੱਕਾ ਪਿਆ ਆਪਣੇ ਦੋਏ ਨਦੀਆਂ ਆਉਂਦੀਆਂ ਠੀਕ ਹੈ ਇਹ ਜਿਹੜੀ ਜਿਹੜੀ ਆਪਣੀ ਆਹ ਨਦੀ ਆਉਂਦੀ ਹੈ ਜਿਹੜੀ ਹਾਏ ਤੇਰੇ ਘਰ ਦੇ ਕੋਲ ਇਹ ਤਾਂ ਸਮਝੋ ਜੇ ਚੰਡੀਗੜ੍ਹ ਵੱਲ ਮੀਂਹ ਪੈਂਦਾ ਫਿਰ ਸਾਰੇ ਮੀਂਹ ਉਹਦਾ ਪਾਣੀ ਪਹਾੜਾਂ ਪੁਹਾੜਾਂ ਦਾ ਹੋਰ ਮਾੜਾ ਮੋਟਾ ਇਹ ਆਉਂਦੇ ਇੱਧਰ ਤੇ ਸਿਸਮਾ ਨਦੀ ਤੇ ਆਉਂਦੇ ਉੱਪਰਲੀ ਜਿਹੜੀ ਆਹ ਹਾਂ ਸਮਝ ਗਿਆ ਇਹ ਚੱਕਰ ਹੈ ਵੀਰੇ ਜੇ ਮੀਂਹ ਪਊਂਗੇ ਨਦੀਆਂ ਤਾਂ ਆਉਣੀਆਂ ਮਾਰੋਗੇ ਜੇ ਨਹਿਰਾਂ ਤੇ ਪਾਣੀ ਦੇਣ ਲੱਗ ਗਏ ਬਸ ਇਹ ਇਹਨੂੰ ਨਹਿਰ ਨੂੰ ਇਹਨੂੰ ਆਇਆ ਹੋਇਆ ਉਤੋਂ ਆਪਣਾ ਦਰਿਆ ਚੋਂ ਫਿਰ ਕਿੰਨੀ ਉਮਰ ਹੋ ਗਈ ਤੇਰੀ ਮੇਰੀ ਉਮਰ ਤਾਂ ਕੁਛ ਵੀ ਨਹੀਂ ਵੀਰੇ ਯਾਰ ਕਿਉਂ ਗੱਲ ਤਾਂ ਇਹੋ ਜਿਹੀ ਕਰਤੀ ਨਾ ਨਦੀਆਂ ਵਾਲੇ ਵੀ ਗੱਲ ਛੱਡ ਦੇ ਨਹੀਂ ਮਤਲਬ ਮੇਰਾ ਕਹਿਣ ਦਾ ਪਰਸਸ ਇਹ ਆ ਕਿ ਜਿੱਕਣਾ ਥੋੜਾ ਜਿਹਾ ਪਾਣੀ ਆ ਜਾਵੇ ਨਾ ਪਾਣੀ ਰਸਤਾ ਬਣਾ ਲੈਂਦਾ ਠੀਕ ਆ ਉਹ ਪਾਣੀ ਆਊਗਾ ਕਿ ਮੈਂ ਤਾਂ ਪਾਣੀ ਮਤਲਬ ਗ੍ਰਮ ਦੇ ਕੇ ਆਉਂਦਾ ਫਿਰ ਅੰਦਰ ਜਾ ਕੇ ਬਲੌਕ ਹੋ ਜਾਂਦਾ ਸਾਰਾ ਮੇਰੇ ਉਹ ਨਦੀ ਚ ਆਉਂਦਾ ਮੀਂਹ ਦਾ ਪਾਣੀ ਇਹ ਨਹਿਰਾਂ ਹੁੰਦੀਆਂ ਜਿਵੇਂ ਸਾਰੇ ਚੱਲੀ ਜਾਂਦੀਆਂ ਸਮਝ ਗਿਆ ਮੈਂ ਤੈਨੂੰ ਇੰਨਾ ਪਤਾ ਲੱਗਣਾ ਚਾਹੀਦਾ ਜੇ ਮੀਂਹ ਪਾਣੀ ਪਊਗਾ ਤਾਂ ਆਉਣਾ ਨਦੀ ਮੈਨੂੰ ਯਾਰ ਇੰਨਾ ਨੌਲੇਜ ਕਿੰਨੇ ਸਾਲ ਹੋ ਗਏ ਸਾ ਨਦੀ ਆਉਂਦੀ ਨਹੀਂ ਜੇ ਮੀਂਹ ਪੈਂਦਾ ਤਾਂ ਹੀ ਆਉਂਦੀ ਹੈ ਨਹੀਂ ਤੇ ਕਦੇ ਦੇਖਿਆ ਸਾਰੇ ਸਾਲ ਆਉਂਦੀ ਮੈਂ ਤਾਂ ਤੈਨੂੰ ਦੱਸਿਆ ਯਾਰ ਮੈਂ ਹਜੇ ਘਰ ਦੇ ਨਿਕਲਣੇ ਹੁਣ ਲੱਗਿਆ ਅੱਛਾ ਘਰ ਦੇ ਕੱਢਦੇ ਹੀ ਤੇ ਕਹਿੰਦੇ ਨਿਆਣਾ ਇਹ ਜਿਹਾ ਨਿਆਣਾ ਪੁੱਲ ਦਾ ਕੰਮ ਇੰਨਾ ਕੁ ਹੋ ਗਿਆ ਇਹ ਜਿਹੜਾ ਰੋਡ ਬਣਨਾ ਦੱਸ ਨਿਆਣਾ ਨਿਆਣਾ ਕਰਕੇ ਆਦਤਾਂ ਵਿਗਾੜਤੀਆਂ ਮੁੰਡੇ ਦੀ ਲੋ ਬਈ ਫਲੋਰ ਪਹੁੰਚ ਗਏ ਫਲੋਰ ਵਾਲਾ ਰੋਡ ਆਪਾਂ ਮੁੜ ਕੇ ਮਨ ਸਮਰਾਲੇ ਵਾਲੇ ਉਹਦੇ ਵਰਤੇ ਰੋਡ ਤੇ ਖਮਾਣੋ ਦੇ ਸਮਰਾਲੇ ਰੋਡ ਤੇ ਨਾਲੇ ਪੈਲਸ ਦੇ ਨਾਲੇ ਮੁੜੇ ਤੇ ਆ ਮੈਨੂੰ ਲੱਗਦਾ ਸਾਰੇ ਯਾਰ ਉੱਥੇ ਤੋਂ ਬਾਕੀ ਦੇਖਦੇ ਕੀ ਪਤਾ ਨਹੀਂ ਆਹੋ ਮੈਂ ਉਹਨਾਂ ਜਿਹਨਾਂ ਦਾ ਪਤਾ ਕਰਿਆ ਤਾਂ ਕਹਿੰਦੇ ਬਈ ਐਤਵਾਰ ਨੂੰ ਕਾਫੀ ਭੀੜ ਹੁੰਦੀ ਆ ਉਰੇ ਓਕੇ ਹਾਂਜੀ 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 ਮੈਨੂੰ ਲੱਗਦਾ ਸੜਕ ਹੋਰ ਵੀ ਹੋਊਗੀ ਆਪਾਂ ਪਹਿਲਾਂ ਮੁੜੇ ਉਹ ਸੜਕ ਹੀ ਲੱਗਦੀ ਆ ਉਹ ਚੱਲ ਕਾਟਰ ਦਾ ਹੁਣ ਤੇਰੇ ਸਾਹਮਣੇ ਉਹ ਰੀ ਲਿਖਿਆ ਤਾਂ ਉਹ ਮੁੰਡੇ ਨੇ ਜਿਹਨੂੰ ਆਪਾਂ ਨੇ ਪੁੱਛਿਆ ਤਾਂ ਉਹਨੇ ਵੀ ਆਪਾਂ ਨੂੰ ਪੈਲਸ ਦੇ ਕੋਲ ਦੀ ਕਿਹਾ ਤਾਂ ਵੀ ਮੁੜਨਾ ਹੈ ਹਾਂ ਨਾ ਕੋਈ ਹੋਰ ਸੜਕ ਵੀ ਆਉਂਦੀ ਹੋਊਗੀ ਮੈਨੂੰ ਲੱਗਦਾ ਉਹ ਦੇਖ ਗਾਹਾਂ ਤੇ ਵੀ ਆਉਂਦੀ ਹੋਊਗੀ ਛੋਟ ਘੱਟ ਹੋਊਗੀ ਇਹ ਹੋ ਸਕਦੀ ਆ ਹਾਂਜੀ ਬਾਈ ਦੇਖਦੇ ਆ ਅੱਗੇ ਪੀੜੇ ਮੇਰੇ ਹਿਸਾਬ ਨਾਲ ਕਾਲੇ ਉੱਥੇ ਤੇ ਆਉਂਦੇ ਆ ਕਿਉਂਕਿ ਉਹਨੇ ਬਾਈ ਨੇ ਕਿਹਾ ਤਾਂ ਕਹਿੰਦਾ ਵੀ ਯਾਰ ਐਤਵਾਰ ਨੂੰ ਨਾ ਕਾਫੀ ਭੀੜ ਹੁੰਦੀ ਆ ਤੇ ਬਾਕੀ ਦੇਖਦੇ ਆ ਹੁਣ ਕਿਆ ਬਣਦਾ ਚੱਲੀ ਚਲੋ ਨੱਕ ਦੀ ਸਿਹਤ ਨੂੰ ਬੁੜੇ ਦੇਖਣੇ ਆ ਹਾਂਜੀ ਹਾਂ ਆ ਗਿਆ ਬਈ ਹੈ ਇੱਧਰ ਇੱਧਰ ਨੂੰ ਮੁੜਨਾ ਬਾਈ ਇੱਧਰ ਨੂੰ ਆਪਾਂ ਹੋਰ ਆ ਮੋਟਰਸਾਈਕਲ ਇੱਧਰ ਨੂੰ ਆ ਰਿਹਾ ਸਹੀ ਪੁੱਛਦੇ ਪਛਾਉਂਦੇ ਪਹੁੰਚ ਗਏ ਪਿੱਛੇ ਜੇ ਹਟ ਗਿਆ ਨਾ ਮੈਂ ਕਹਿੰਦਾ ਕੋਈ ਫੇਰ ਇੱਧਰ ਨੂੰ ਲੋਟ ਆ ਯਾਰ ਆਪਾਂ ਨੂੰ ਮੈਨੂੰ ਪਤਾ ਨਹੀਂ ਵੀਰੇ ਹੁਣ ਉਹ ਮੁੰਡੇ ਦਾ ਆਪਾਂ ਨੂੰ ਜਿੱਦੋਂ ਰਸਤਾ ਦੱਸਿਆ ਤਾਂ ਆਪਾਂ ਇੱਧਰ ਨੂੰ ਸਮਰਾਲੇ ਵੱਲ ਨੂੰ ਲੋਟ ਲੱਗਦਾ ਮੈਨੂੰ ਆਪਾਂ ਨੂੰ ਹੋਣਾ ਪਿੱਛੇ ਵੀ ਗੱਡੀ ਭਰੀ ਆ ਰਹੀ ਹੈ ਮੈਨੂੰ ਲੱਗਦਾ ਗੁਰਪ੍ਰੀਤ ਟੈਂਪੂ ਦੇਖਦੇ ਆ ਬਾਈ ਕਾਫੀ ਗੱਡੀਆਂ ਗੱਡੀਆਂ ਖੜੀਆਂ ਉੱਥੇ ਦੇਖਦੇ ਆ ਚੱਲ ਤੇਰੀ ਪਤਲੀ ਦਾ ਹੱਲ ਹੋ ਜਾਵੇ ਦਵਾਈ ਭੀੜ ਵੀ ਬਾਈ ਕਾਲੇ ਲੱਗਦੀ ਆ ਕਾਲੇ ਤੇ ਇੱਕ ਹੋਰ ਨਵੀਂ ਮਰਸ ਉਹ ਵੀ ਖੜੀ ਆ ਜਿਹੜੀ ਚੀਜ਼ ਆਪਣੇ ਏਰੀਏ ਬੰਦ ਹੋ ਗਈ ਬਹੁਤ ਦਿਨਾਂ ਬਾਅਦ ਦਿਖੀ ਆ
ਹੈ ਕਿ ਨਹੀਂ ਭੂੰਡ ਭੂੰਡ ਟੈਂਪੂ ਆਏ ਬਈ ਆ ਦੇਖ ਆ ਖੜਾ ਕਾਲੇ ਦਾ ਕਾਲੇ ਇਹ ਜਿਹਾ ਲੈ ਲੈਂਦਾ ਨੇ ਪਾਰਕਿੰਗ ਗੱਡੀ ਕਿੱਥੇ ਲਈਏ ਪਿੱਛੇ ਜਾਊਗੀ ਉਹ ਲਿਖਿਆ ਵਾ ਕਾਰ ਪਾਰਕਿੰਗ ਪੂਰੇ ਪਤਾ ਘਰ ਹੋਣਾ ਵੀ ਆਪਾਂ ਕਿੱਧਰ ਕਿੱਧਰ ਕਿਆ ਕਿਆ ਹੋਣਾ ਬਾਈ ਆਪਾਂ ਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਨਹੀਂ ਪਤਾ ਇਹ ਹੀ ਆ ਬਾਈ ਦਰਬਾਰ ਸਾਹਿਬ ਆ ਇੱਧਰ ਦਰਬਾਰ ਸਾਹਿਬ ਆ ਬਾਈ ਕਾਲੇ ਲਿਖਿਆ ਵਾ ਇੱਧਰ ਠੀਕ ਆ ਇੱਧਰ ਹੈ ਚੱਲ 730 ਹੈ ਵੀ ਸੋਨਾ ਲਿਖਾ ਸੋਨਾ ਲਿਖਾ 730 ਹੋਈ ਉਹ ਬਿਲਡਿੰਗ ਹੋਰ ਬਣਦੀ ਮੇਰੇ ਖਾਧਰ ਨਵੀਂ ਹੈ ਨਾ ਮੈਨੂੰ ਪਹਿਲਾਂ ਇੱਛਰ ਲੱਗਿਆ ਵੀ ਤੇ ਇੱਛਰ ਮੈਨੂੰ ਵੀ ਉਹੀ ਲੱਗਿਆ ਚੱਲੀਏ ਫਿਰ ਅਖੜਾਤੀ ਰਾਣੀ ਚਲੋ ਜੀ ਓਕੇ ਆ ਬਾਬਾ ਜੀ ਪਾਣੀ ਦਿੱਤਾ ਹੁਣ ਦੇਖਦੇ ਹਾਂ ਤਿੰਨ ਵਾਰ ਪੀਣਾ ਪੈਣਾ ਤਿੰਨ ਵਾਰ ਹੁਣ ਹਫ਼ਤੇ ਐਂ ਪੁੱਛਣਾ ਹਫ਼ਤੇ ਦੇ ਲਗਾਤਾਰ ਮੇਰੇ ਸਾਹ ਨਾ ਹਫ਼ਤੇ ਬਾਅਦ ਪੀਂਦੇ ਮੈਂ ਐਤਵਾਰ ਦੀ ਐਤਵਾਰ ਪਤਾ ਕਰਦੇ ਹਾਂ ਚੱਲ ਆਹ ਤੂੰ ਹਜੇ ਪਹਿਲਾਂ ਪੀ ਲਾ ਫਿਰ ਨਾਲੇ ਆਪਾਂ ਪੁੱਛ ਲੈਂਦੇ ਹਾਂ ਨਾਲੇ ਆਪਾਂ ਦਿਖਾ ਦਿੰਦੇ ਦਰਬਾਰ ਸਾਹਿਬ ਹੈ ਨਾ ਬਾਅਦ 'ਚ ਦਿਖਾਉਂਦਾ ਬਾਅਦ 'ਚੋਂ ਗੁਰਪ੍ਰੀਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਹੋਇਆ ਹੈ ਨਾ ਸ਼੍ਰੀ ਚੰਦ ਮਹਾਰਾਜ ਦਾ ਡੇਰਾ ਇਹ ਹੈ ਨਾ ਬਹੁਤ ਵਧੀਆ ਸਿਸਟਮ ਆ ਸਾਫ ਸਫਾਈ ਆ ਔਰ ਬਹੁਤ ਡੈਕੋਰੇਸ਼ਨ ਕਰੀ ਹੋਈ ਹੈ ਹਾਂ ਦੇਖ ਲਓ ਆ ਜਿਹਨੇ ਬੈਠ ਕੇ ਪਾਠ ਕਰਨਾ ਦੇਖ ਲਓ ਗੱਦੀਆਂ ਰੱਖੀਆਂ ਹੋਈਆਂ ਹਰੇਕ ਚੀਜ਼ ਵਾਲੇ ਬਣਾ ਦੇ ਲਾ ਮੈਟ ਬੈਨ ਵਧੀਆ ਬਣਾਇਆ ਬਣਾਇਆ ਬੈਨ ਦੇਖੋ ਵਧੀਆ ਬਣਾਇਆ ਹੋਇਆ ਉੱਧਰ ਦਰਬਾਰ ਸਾਹਿਬ ਤਾਂ ਹੈ ਨਾ ਉਹ ਦਰਬਾਰ ਸਾਹਿਬ ਉੱਧਰ ਆ ਬਈ ਹੈ ਨਾ ਅਸੀਂ ਇਹ ਕਰੇ ਤਾਂ ਵੀ ਆਪਾਂ ਪਹਿਲਾਂ ਪਾਣੀ ਪੀ ਲਈਏ ਹੈ ਨਾ ਉਸ ਤੋਂ ਬਾਅਦ 'ਚ ਵੀਡੀਓ ਬਣਾ ਲਾਂਗੇ ਆਪਾਂ ਫਿਰ ਦਿਖਾ ਦਾਂਗੇ ਹਾਂ ਫਿਰ ਉਹ ਦਿਖਾ ਦਾਂਗੇ ਕਿਉਂਕਿ ਬਾਈ ਉਹਦਾ ਟਾਈਮ ਆ ਨਾ ਉਹ ਲਿਖਿਆ ਵਾ ਟਾਈਮ ਵੀ ਹੁੰਦਾ ਉਹਨੇ 12 ਵਜੇ ਤੱਕ ਹੀ ਦਵਾਈ ਬਣਾਉਂਦੇ ਆ ਸਾਨੂੰ ਆਏ ਤਾਂ ਵੀ ਕਿਤੇ ਭੀੜ ਕਰਕੇ ਸਾਡਾ ਟਾਈਮ ਨਾ ਲੱਗੇ ਵੀ ਆਪਾਂ ਗੇੜ ਆਪਣਾ ਤੋਂ ਹੋ ਜਾਵੇ ਪਾਣੀ ਹੁਣ ਆਪਾਂ ਨੇ ਪੀ ਲਿਆ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕੁਝ ਦੁਬਾਰਾ ਹਾਂ ਬਾਈ ਆਉਂਦਾ ਰਸਤਾ ਪਿੱਛੇ ਤੇ ਇੱਧਰ ਉਹ ਸਕੂਲ ਆ ਪਿਛਲੇ ਪਾਸੇ ਮੈਂ ਤੁਹਾਨੂੰ ਦਿਖਾਉਂਦਾ ਆਹ ਦੇਖੋ ਉਹ ਸਕੂਲ ਦੀ ਬਿਲਡਿੰਗ ਆ ਅਤੇ ਉੱਧਰੇ ਪਾਰਕਿੰਗ ਆ ਅਤੇ ਇੱਧਰ ਬਾਈ ਦਰਬਾਰ ਸਾਹਿਬ ਬਣਾਇਆ ਹੋਇਆ ਮਹਾਰਾਜ ਦੀ ਪ੍ਰਕਾਸ਼ ਕੀਤਾ ਹੋਇਆ ਨਾ ਮਹਾਰਾਜ ਦੇ ਸਰੂਪ ਆ ਇੱਥੇ ਪ੍ਰਕਾਸ਼ ਕਰਿਆ ਹੋਇਆ ਕਾਲਾ ਉੱਧਰ ਦਵਾਈ ਪੀ ਰਿਹਾ ਤਾ ਅਤੇ ਅਸੀਂ ਪੁੱਛ ਲਿਆ ਬਾਈ ਵੀਡੀਓ ਬਣਾ ਸਕਦੇ ਹਾਂ ਅਤੇ ਉਹ ਕਹਿੰਦੀ ਵੀਡੀਓ ਬਣਾ ਲਓ ਬਾਈ ਕੋਈ ਗੱਲ ਨਹੀਂ ਅਤੇ ਬਾਈ ਪ੍ਰਸ਼ਾਦ ਆ ਜਿਹੜਾ ਉਹਦੇ ਕੇਲਿਆਂ ਦਾ ਦਿੰਦੇ ਹਾਂ ਇੱਧਰ ਬਾਈ ਮਤਲਬ ਡੇਰਾ ਹੈ ਜਿੱਥੇ ਦਵਾਈ ਪਿਲਾਉਂਦੇ ਹਾਂ ਦਿਖਾਉਂਦੇ ਅੱਗੇ ਜਾ ਕੇ ਡੈਕੋਰੇਸ਼ਨ ਬਾਈ ਹਰੇਕ ਚੀਜ਼ ਦੀ ਬਹੁਤ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕਰੀ ਹੋਈ ਆ ਜਿੱਦਾਂ ਗੱਦੇ ਆ ਲਾਏ ਹੋਏ ਮੈਟ ਥੱਲੇ ਠੀਕ ਹੈ ਜੀ ਅਤੇ ਅੰਦਰ ਤੁਹਾਨੂੰ ਪਹਿਲਾਂ ਵੀ ਦਿਖਾਇਆ ਥੋੜ੍ਹਾ ਜਿਹਾ ਹੁਣ ਮੈਂ ਤੁਹਾਨੂੰ ਦੁਬਾਰਾ ਦਿਖਾਉਂਦਾ ਇੱਕ ਵਾਰ ਹਾਂ ਬਾਈ ਫੋਟੋਆਂ ਲੱਗੀਆਂ ਹੋਈਆਂ ਡੈਕੋਰੇਸ਼ਨ ਵੀ ਕਾਹਲੇ ਦੇਖ ਐਨ ਬਾਈ ਵਧੀਆ ਹੈ ਨਾ ਆ ਦੇਖ ਬਾਈ ਮਤਲਬ ਆਹ ਐਂਟਰੀ ਗੇਟ ਆ ਇੱਥੋਂ ਆਪਾਂ ਐਂਟਰੀ ਕਰਦੇ ਹਾਂ ਇੱਥੇ ਮੱਥਾ ਟੇਕ ਕੇ ਫਿਰ ਜਾਂਦੇ ਹਾਂ ਤੁਹਾਨੂੰ ਦਿਖਾਉਣਾ ਸਰ ਸਾਰੇ ਸ਼ੇਰ
ਇਹ ਸਾਰੀਆਂ ਫੋਟੋਆਂ ਉਹਨਾਂ ਦੀਆਂ ਹੀ ਆ, ਸ਼੍ਰੀ ਚੰਦ ਬਾਬਾ ਜੀ ਦੀਆਂ। ਜਗ੍ਹਾ ਬਾਈ ਆਹ ਦੇਖੋ, ਪੂਰੇ ਬਾਈ ਦਵਾਈ ਫਲਾਉਂਦੇ ਆ ਬਾਬਾ ਜੀ, ਅਤੇ ਆਹ ਬਾਈ ਸਾਰਾ ਕੁਛ ਇਹਦੇ ਲਿਖਿਆ ਬਾਈ। ਪਥਰੀ ਦੇ ਬਾਅਦ ਮਤਲਬ ਪਥਰੀ ਦਵਾਈ ਦੀ, ਪਥਰੀ ਦੀ ਦਵਾਈ ਦੇ ਪਰਹੇਜ਼ ਬਾਈ ਸਾਰਾ ਕੁਛ ਉਰੇ ਲਿਖਿਆ ਵਾ ਹਿੰਦੀ ਪੰਜਾਬੀ 'ਚ। ਆਹ ਬਾਈ ਦਵਾਈ ਫਲਾਉਂਦੇ ਆ, ਅਤੇ ਉਹ ਗਲਾਸ ਦੇ ਵਿੱਚ ਦਵਾਈ ਗਲਾਸ ਦੇ ਵਿੱਚ ਪਾ ਕੇ ਆਹ ਬਾਈ ਜਿਹੜੇ ਬੈਠੇ ਬਹਿ ਕੇ ਪੀ ਲੈਂਦੇ ਆ ਸਾਰੇ ਬੰਦੇ, ਜਿੰਨੇ ਵੀ ਮਤਲਬ ਜਿਹੜੇ ਆਉਂਦੇ ਆ ਬਾਬਾ ਜੀ ਪੀ ਰਹੇ ਹਾਂ, ਪੀਰ ਲੈ ਕੇ ਆਉਂਦੇ ਆ, ਕਹਿੰਦੇ ਆਰਾਮ ਨਾਲ ਬਹਿ ਕੇ ਪੀ ਲਿਆ। ਇਹਦੇ ਟਾਈਮ ਆ ਬਾਈ ਇਹ ਸਵੇਰੇ 7:30 ਤੋਂ 12 ਵਜੇ ਤੱਕ ਪਲਾਉਂਦੇ ਆ। ਬਰਸੀ ਮਨਾਈ ਜਾਣੀ ਹੈ ਇੱਥੇ ਬਾਬਾ ਸ਼੍ਰੀ ਚੰਦ ਜੀ ਦੀ, ਅਤੇ 10/11/12/2024 ਅਤੇ ਕੀਰਤਨ ਢਾਡੀ ਇੱਥੇ ਆਉਣੇ ਵਾਲੇ। ਲਓ ਬਾਈ ਦਵਾਈ ਪੀ ਲਈ ਆਪਾਂ, ਪਾਣੀ ਪਿਲਾਉਂਦੇ ਹਾਂ ਇੱਥੇ, ਅਤੇ ਦਿਹਾੜੀ ਦੇ ਤੋਂ ਬਾਅਦ ਆਪਾਂ ਨੂੰ 15-20 ਗਲਾਸ ਪਾਣੀ ਦੇ ਪੀਣੇ ਆ, ਅਤੇ ਬੈਂਗਣਾਂ ਦੀ ਸਬਜ਼ੀ ਨਹੀਂ ਖਾਣੀ, ਬਾਕੀ ਕੋਈ ਉਹ ਨਹੀਂ ਹੈਗਾ ਬਾਈ ਇੱਥੇ ਆਪਣਾ ਛੱਡਦਾ ਹੈ, ਆਪਾਂ ਮੱਥਾ ਟੇਕੋ ਕੇਲਿਆਂ ਦਾ ਪ੍ਰਸ਼ਾਦ ਚੜ੍ਹਦਾ, ਉਹੀ ਸਾਨੂੰ ਆਪਣਾ ਪ੍ਰਸ਼ਾਦ ਰੂਪ ਤੋਂ ਮਿਲ ਜਾਂਦਾ ਹੈ, ਠੀਕ ਹੈ ਜੀ। ਅਤੇ ਬਾਬਾ ਜੀ ਬਿਮਾਰ ਹੈ ਨਹੀਂ ਤਾਂ ਕਹਿੰਦੇ ਵੀ ਐਤਵਾਰ ਨੂੰ, ਮੈਂ ਸੁਣਿਆ ਤਾਂ ਵੀ ਬਾਬਾ ਜੀ ਆਪ ਕਈ ਵਾਰ ਪਾਣੀ ਪਿਲਾਉਂਦੇ ਹੁੰਦੇ ਆ, ਮੈਂ ਵੀ ਕੋਈ ਸੁਣਾ ਦਿੰਦਾ। ਅਤੇ ਬਾਕੀ ਚਲੋ ਵਧੀਆ ਬਾਈ, 3 ਵਾਰ ਆਉਣਾ ਪੈਣਾ ਹੁਣ, ਅੱਜ ਆ ਗਏ ਐਤਵਾਰ ਨੂੰ, ਅਗਲੇ ਐਤਵਾਰ ਫਿਰ, ਅਗਲੇ 3 ਵਾਰ ਗੁਰਦੇ ਵਾਲੇ ਅਤੇ 5 ਵਾਲੇ ਪਿੱਤੇ ਦੀ ਪੱਥਰੀ ਵਾਲੀ ਬਾਬਾ ਜੀ ਦੇ ਉਹ ਹੈ ਸ਼ਰਧਾ ਨਾਲ ਆਓ ਕਹਿੰਦੇ, ਅਤੇ ਪੂਰੀ ਹੁੰਦੀ ਆ ਸਾਰੇ ਬਾਈ। ਕਾਫੀ ਤੁਹਾਡੇ ਸਾਹਮਣੇ ਕਿੰਨੇ ਆਲੇ ਕਿੰਨੇ ਆ ਰਹੇ ਆ, ਠੀਕ ਹੈ, ਆਈ ਚਲਾਈ ਚੱਲੀ ਜਾ ਰਹੀ, ਮਤਲਬ ਕਿ ਵਧੀਆ ਬਾਈ, ਜੇ ਫਾਇਦਾ ਹੁੰਦਾ ਤਾਂ ਹੀ ਆਉਂਦੇ ਹੈ ਕਿ ਨਹੀਂ। ਬਿਲਕੁਲ ਬਿਲਕੁਲ, ਹਾਂ ਚਲੋ ਬਾਈ, ਬਾਕੀ ਸੁਣਿਆ ਤਾਂ ਬਹੁਤ ਹੋ ਰਿਹਾ ਵੀ ਵਧੀਆ, ਮਤਲਬ ਕਿ ਕੋਈ ਐਕਣਾ ਨਹੀਂ ਹੈਗਾ ਵੀ ਕੜੱਤਣ ਬਣਿਆ ਕੋਈ ਹੁਣ ਪਾਣੀ, ਵੀ ਮੈਂ ਹੋਰ ਸੁਣਿਆ ਤਾਂ ਵੀ ਲਗਾਤਾਰ ਮੈਨੂੰ ਲੱਗਿਆ ਤਾਂ ਪਤਾ ਵੀ ਕਹਿੰਦੇ ਵੀ ਕਿਤੇ ਲਗਾਤਾਰ 10-15 ਗਲਾਸ ਪਾਣੀ ਪਿਲਾਉਂਦੇ ਆ, ਉਹਨਾਂ ਨੇ ਦਿਹਾੜੀ ਦਾ ਲਿਖਿਆ ਹੋਇਆ ਵੀ ਸਵੇਰੇ 12 ਵਜੇ ਤੱਕ ਪਿਲਾਉਂਦੇ ਆ, 7:30 ਤੇ 12 ਵਜੇ ਤੱਕ। ਲੰਗਰ ਵੀ ਛਕਿਆ ਦਵਾਈ ਕਰਕੇ, ਪਾਣੀ ਪਾਦਾ ਪੀਆ ਮੈਂ 3 ਗਲਾਸ, 2 ਪਾਣੀ ਦੇ ਪੀਲੇ ਬਾਹਰ, ਸ਼ੁਰੂ ਕਰਤਾ ਆਪਾਂ ਨੇ ਪਾਣੀ ਦਾ ਪ੍ਰੋਸੈਸ, ਸ਼ੁਰੂ ਹੋ ਗਿਆ ਤੇਰਾ ਪਾਣੀ ਵਾਲਾ। ਹਾਂ ਬਾ ਠੀਕ ਆ, ਪਾਣੀ ਪਾਣੀ ਵੱਧ ਪੀਣਾ ਹੁਣ, ਇਹ ਚ ਨਹੀਂ ਹੈਗਾ ਕੋਈ ਗੱਲ ਨਹੀਂ, ਪਾਣੀ ਤਾਂ ਪੀ ਜਾਣਾ। ਲਓ ਬਾਈ ਬੋਤਲ ਹੋਰ ਭਰ ਲਈ, ਪਿੰਡ ਤੱਕ ਖਾਲੀ ਕਰ ਦੇਣੀ, 2-3 ਗਲਾਸ ਤਾਂ ਹੁਣ ਇਹ ਚ 1 ਲੀਟਰ ਦੀ ਹੋਊਗੀ ਯਾਰ ਇਹ। ਗੁਰਪ੍ਰੀਤ ਮੈਨੂੰ ਲੱਗਦਾ ਇਹ ਕਿਰਾਏ ਪਰ ਵੀ ਹੈਗੇ, ਕਿਰਾਏ ਇੱਥੇ ਤੱਕ ਆਉਣ ਨੂੰ, ਮਤਲਬ ਕਿ ਸਮਰਾਲੇ ਤੇ ਹੋਊਗੇ ਹਨਾ ਬਰਵਾਲੀ ਆਉਂਦੇ ਮੰਡੇਰਾ ਫਲੌਰ ਡੇਡਾ ਡੇਰਾ ਬਾਬਾ ਸ਼੍ਰੀ ਚੰਦ
ਹਾਂ ਫਿਰ ਇਹ ਟੈਂਪੂ ਲੱਗੇ ਵੇ ਪੱਕੇ ਖੇਤਾਂ ਚ ਡੇਰਾ ਇਹ ਠੀਕ ਹੈ ਜੀ ਖੇਤਾਂ ਚ ਡੇਰਾ ਏ ਤੇ ਪੰਜ ਚੱਲ ਪਏ ਬਾਈ ਹੁਣ ਸਬਜ਼ੀ ਨਹੀਂ ਵੇਖੋ ਵੀ ਡੇਰਾ ਇਹ ਬਾਂਸ ਬਾਂਸਾਂ ਦੇ ਉੱਪਰ ਹੈ ਨਾ ਖਰਾਬ ਨੀ ਹੁੰਦੀ ਇੱਕਣਾ ਬਾਈ ਇਹ ਘੰਟੇ ਦੋ ਘੰਟੇ ਤੇ ਬਾਕੀ ਰਸਤੇ ਚ ਵੀ ਕਾਫੀ ਜਗ੍ਹਾ ਮਿੱਠੇ ਚੋੜਾਂ ਦੇ ਲੰਗਰ ਲੱਗਦੇ ਕਿਉਂ ਜਦੋਂ ਮੀਂਹ ਨਹੀਂ ਪੈਂਦਾ ਕਹਿੰਦੇ ਵੀ ਮਿੱਠੇ ਚੋੜਾਂ ਦਾ ਲੰਗਰ ਲਾ ਦੇਣਾ ਚਾਹੀਦਾ ਸਾਡੇ ਵੀ ਅੱਡੇ 'ਤੇ ਲਾਇਆ ਹੋਇਆ ਤਾ ਅਤੇ ਇੱਧਰ ਹੋਰ ਪਿੰਡਾਂ 'ਚ ਵੀ ਦੋ ਕਈ ਜਗ੍ਹਾ ਹੈਗਾ ਤਾ ਅੱਜ ਅਤੇ ਰੱਬ ਨੇ ਕਿਰਪਾ ਦਾ ਹੋ ਗਈ ਮਤਲਬ ਕਿ ਬੱਦਲ ਤਾਂ ਆ ਗਿਆ ਝੜ ਕੇ ਬਾਈ ਪੂਰੀ ਕਣੀ ਕਿੱਡਾ ਦੇ ਪੈਂਦਾ ਹੁਣ ਦੇਖਦੇ ਵੀ ਪੈਂਦਾ ਨਹੀਂ ਪੈਂਦਾ ਇਹ ਹੁਣ ਉਹਦੀ ਮਰਜ਼ੀ ਮਤਲਬ ਕਿ ਇਹੀ ਚੱਲ ਪਈ ਹਾਂ ਇੰਨੀ ਕੁ ਕਿਰਪਾ ਹੋ ਜਾਂਦੀ ਆ ਵੀ ਜਿਵੇਂ ਰੱਬ ਸੁਣਦਾ ਜ਼ਰੂਰ ਹੈ ਆ ਦੇਖ ਲਓ ਪੂਰੀ ਪਾਣੀ ਕੱਢਾ ਕਦੇ ਕਦੇ ਨਹੀਂ ਆਇਆ ਜਿੱਦਾਂ ਮਤਲਬ ਕਿ ਮੌਸਮ ਆਖਣਾ ਸੌਣ ਦਾ ਹੋ ਗਿਆ ਅੱਜ ਸਾਰੇ ਕੋਠਿਆਂ ਬਾਰੇ ਖੜੇ ਲੱਗਦੇ ਤੇ ਬਾਹਰ ਪੁੱਲ ਤੇ ਜੱਦਾ ਹੀ ਮੀਂਹ ਪੈ ਰਿਹਾ ਬੱਦਲ ਘੁਲ ਗਏ ਆ ਗਿਆ ਫਿਰ ਵੀ ਕਰਤੀ ਰੱਬ ਨੇ ਕਿਰਪਾ ਕਰਤਾ ਜਲ ਸਾਲ ਰਹਿੰਦੇ ਬਾਅਦ ਜੇ ਸੋਚ ਰਿਹਾ ਤਾ ਵੀ ਗੰਨੇ ਨੂੰ ਪਾਣੀ ਛੱਡ ਦੇਣਾ ਦੀਦੀ ਦੇ ਖੇਤ ਭਰ ਕੇ ਹੁਣ ਅੰਬ ਵਾਲੀ ਮੋਟਰ ਤੋਂ ਵੀ ਉੱਧਰ ਵੀ ਬੱਸ ਵੀ ਪਾਣੀ ਛੱਡ ਦੇਣਾ ਇੱਧਰ ਤਾਂ ਚਰੀ ਨੂੰ ਛੱਡ ਵੀ ਦਿੱਤਾ ਤਾ ਇੱਕ ਖੇਤ ਨੂੰ ਲਾ ਦਿੱਤਾ ਬੜੇ ਕਬੂਲਾਂ ਨੂੰ ਵੀ ਸਭ ਕੋਈ ਪਾਣੀ ਮੰਗਦਾ ਤਾ ਹੁਣ ਵੀ ਲਾ ਦੇਈਏ ਰੱਬ ਨੇ ਸੋਹਣੀ ਝੱਟ ਲਾਈ ਜਾਈ ਤੜਕ ਦੇ ਡੰਗਰ ਡੁੰਗਰ ਚੌਂ ਕੇ ਫਿਰ ਖੇਤੀ ਵਾਲੇ ਗੇੜਾ ਮਾਰਦੇ ਹਾਂ ਦੇਖਦੇ ਹਾਂ ਬਸ ਦਾ ਨੱਕੋ ਨੱਕ ਕਰਦੇ ਹੁਣ ਆਟੋਮੈਟਿਕ ਸਭ ਤੇ ਬੰਦ ਕਰਨੇ ਆ ਮੋਟਰਾਂ ਦੇ ਦੋ ਦਿਨ ਹੁਣ ਮੀਂਹ ਦਾ ਪਾਣੀ ਆ ਰੇਹ ਪੈ ਗਿਆ ਇੱਕ ਥੈਲਾ ਰੇਹ ਦਾ ਪੈ ਗਿਆ ਸਮਝ ਲਓ ਇੰਨਾ ਫਰਕ ਪੈਂਦਾ ਮੀਂਹ ਦਾ ਇੱਕ ਥੈਲਾ ਰੇਹ ਦਾ ਪਾ ਦਿਆ ਤੇ ਮੀਂਹ ਪੈ ਗਿਆ ਬਰਾਬਰ ਹੋ ਗਿਆ ਸੜਕਾਂ ਤੇ ਪਾਣੀ ਖੜਾ ਬਾਹਰ ਤੇ ਸੱਜਾ ਵਾ ਟਰਾਲੇ 'ਚ ਦੇਖ ਲਓ ਉੱਥੇ ਕਿਤੇ ਨਹੀਂ 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 ਟਰਾਲੀ ਇੱਦਾਂ ਨਹੀਂ ਕਰਦਾ ਫੁੱਲ ਭਰ ਗਈ ਸੜਕ ਵੀ ਉਰੇ ਤੇ ਵੀ ਪਾਣੀ ਹੋਣ ਲੱਗ ਗਿਆ ਕੁਛ ਨਹੀਂ ਹੈਗਾ ਸਾਫ਼ ਆ ਸਾਰਾ ਪਾਣੀ ਉਹ ਬਹੁਤ ਆ ਪਾਣੀ ਫੁੱਲ ਚੱਲਦਾ ਕਿਆ ਦੇਖੋ ਸੜਕ ਦਾ ਕਿਆ ਹਾਲ ਹੋਇਆ ਉਹ ਕੂੜਾ ਕਿੱਥੇ ਤੇ ਅੜ ਕੇ ਆਉਂਦਾ ਸਾਰਾ ਸਿਰੇ ਦੇ ਸਿਰੇ ਤੱਕ ਨਾਲੀਆਂ ਵੀ ਦਿਖਦੀਆਂ ਪੂਰਾ ਭਰ ਗਿਆ ਪਾਣੀ ਹੋ ਗਿਆ ਠੀਕ ਹੋ ਗਿਆ ਫਸਿਆ ਵਾ ਹੋਣਾ ਨਾ ਵਿੱਚ ਫਸਿਆ ਵਾ ਤਾਂ ਕੈਮਰਾ ਵੀ ਕਿੱਲਾ ਹੋਈ ਜਾਂਦਾ ਬਾਰ ਬਾਰ ਕਿਆ ਹੋਇਆ ਵਾ ਦੇਖਿਓ ਸਾਰਾ ਗੰਦ ਸਿਰੇ ਦੇ ਸਿਰੇ ਤੱਕ ਉਹ ਅੱਗੇ ਠੀਕ ਹੈ ਦਾਦਾ ਜਾਓਗੇ ਇੱਥੇ ਤੱਕ ਪੂਰਾ ਭਰਿਆ
ਹੁਣ ਘਟ ਗਿਆ ਥੋੜਾ ਜਿਹਾ, ਹੁਣ ਕਿਣੀਆਂ ਕਿ ਜੀ ਹੈ ਨਾ ਲੋਕਾਂ ਦੇ ਘਰੇ ਬਣੀ ਵੜ ਕੇ ਤਾਂ ਨਾਲੀਆਂ ਸਾਫ ਕਰਨ ਆਏ ਆ ਉਹਦੇ ਪਿੱਛੇ ਘਰਾਂ 'ਚ ਪਾਣੀ ਵੜਦੇ ਆ ਨਾਲੀਆਂ ਬਰਾਬਰ ਕਰਤੀਆਂ ਪੂਰੀਆਂ ਅੱਜ ਸਵੇਰੇ ਅੱਜ ਪਾਣੀ ਦੱਸਦਾ ਇਹਨੂੰ ਅੱਜ ਕਿਤੇ ਪਾਣੀ ਦੇ ਦੇ ਕੁਛ ਨੀ ਲੱਗ ਰਿਹਾ ਤਾਂ ਇਸੇ ਗਰਮੀ ਕਰਕੇ ਕੀ ਆਗੂਆਂ ਨੂੰ ਹੁਣ ਦੇਖੀ ਸਵੇਰੇ ਮੈਂ ਫੁੱਲ ਭਰਿਆ ਮੈਂ ਕਿਹਾ ਅੱਜ ਫੁੱਲ ਭਰ ਦਵਾਂ ਰੇਹ ਤੇ ਤਾਂ ਨੀ ਪਾਣੀ ਪੈਂਦਾ ਨਹੀਂ ਨਹੀਂ ਇੱਥੇ ਹੁਣੀ ਗਿਰਨ ਲੱਗਿਆ ਹੋਣਾ ਪਹਿਲਾਂ ਤਾਂ ਨਹੀਂ ਤਾਂ ਉਹ ਥੋੜ੍ਹਾ ਜਿਹਾ ਅੱਧਾ ਤੁਮਕਾ ਕੱਢਣਾ ਤੂੰ ਠੀਕ ਆ ਅੰਦਰ ਲਾਈਏ ਕਿਉਂ ਅਸੀਂ ਅੰਦਰ ਰੱਖੀਏ ਇੱਥੇ ਲਾ ਦਿੰਦੇ ਇੱਥੇ ਦੂਰ ਹੀ ਜਾਂਦਾ ਕਰ ਲਓ ਸ਼ੀਸ਼ੇ ਦਾ ਕੰਮ ਛਿੜ ਗਿਆ ਕਲੇ ਵੀ ਆਜੂ ਜਿੱਦਾਂ ਕਲੇ ਨੀ ਲਾਈਏ ਇੱਧਰ ਨੂੰ ਚਲੇ ਗਿਆ ਬੱਦਰ ਨੂੰ ਅੱਗੇ ਨੂੰ ਉੱਧਰ ਤੇ ਆਇਆ ਸਾਹਮਣੇ ਤੇ